ਸਾਡੇ ਵਾਲੇ ਦੇ ਟ੍ਰੇਲਰ ਦੀ ਸਫਲਤਾ ਤੋਂ ਬਾਅਦ ਹੁਣ ਸਾਗਾ ਸਟੂਡੀਓ ਦੇ ਵੱਲੋਂ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਇਹ ਸ਼ਾਨਦਾਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਫਿਲਮਾਇਆ ਗਿਆ। ਗਾਣੇ ਦੇ ਬੋਲ ਸਾਈਂ ਸੁਲਤਾਨ ਦੇ ਵੱਲੋਂ ਲਿਖੇ ਗਏ ਨੇ। ਦੱਸਦੇ ਕਿ ਇਹ ਫਿਲਮ 29 ਅਪ੍ਰੈਲ 2022 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੇ ਚੱਲਦੇ ਫਿਲਮ ਦੇ ਪ੍ਰਮੋਸ਼ਨ ਦੇ ਲਈ ਪੂਰੀ ਟੀਮ ਅੰਮ੍ਰਿਤਸਰ ਪਹੁੰਚੀ ਹੋਈ ਸੀ, ਜਿੱਥੇ ਕਿ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਉੱਥੇ ਫਿਲਮ ਦੇ ਸਿਤਾਰਿਆਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਕਿ ਕੁਝ ਕਹਿਣਾ ਸੀ ਫਿਲਮ ਦੇ ਬਾਰੇ ਇਹਨਾਂ ਸਿਤਾਰਿਆਂ ਦਾ ਆਪ ਸੁਣਦੇ ਹਾਂ। ਜਿਸ ਇੱਥੇ ਆਏ ਅੰਮ੍ਰਿਤਸਰ 'ਚ ਸਾਡੀ ਫਿਲਮ ਆ ਰਹੀ 29 ਅਪ੍ਰੈਲ ਨੂੰ ਸਾਡੇ ਵਾਲੇ, ਉਹਦਾ ਟ੍ਰੇਲਰ ਅਤੇ ਅੱਜ ਉਹਦਾ ਇੱਕ ਟਾਈਟਲ ਸੌਂਗ ਰਿਲੀਜ਼ ਕੀਤਾ ਗਿਆ ਵਾ। ਇਹਦੀ ਕਹਾਣੀ ਬਲਵਿੰਦਰ ਸਿੰਘ ਗਰੇਵਾਲ ਹੋਣਾ ਦੀ ਲਿਖੀ ਹੋਈ ਹੈ ਅਤੇ ਉਸ 'ਤੇ ਬੇਸਡ ਹੈ ਫਿਲਮ। ਜਤਿੰਦਰ ਮੌਰ ਹੋਣੀ ਜੋ ਪੰਜਾਬ ਦੇ ਬਹੁਤ ਵਧੀਆ ਨਾਮਵਰ ਡਾਇਰੈਕਟਰ ਨੇ, ਉਹਨਾਂ ਨੇ ਪਹਿਲਾਂ ਵੀ ਮਿੱਟੀ ਸਿਕੰਦਰ ਕਿੱਸਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਨੇ, ਸੋ ਹੁਣ ਆਪਣੀ ਅਗਲੀ ਫਿਲਮ ਲੈ ਕੇ ਆ ਸਾਡੇ ਵਾਲੇ। ਅਤੇ ਉਹਨਾਂ ਦਾ ਸਿਨੇਮਾ ਬਿਲਕੁਲ ਡਿਫਰੈਂਟ ਹੁੰਦਾ। ਜੇ ਉਹਨਾਂ ਦੀ ਪਹਿਲੀਆਂ ਫਿਲਮਾਂ ਦੇਖੋ ਅਤੇ ਕਿੱਸਾ ਪੰਜਾਬ ਨਸ਼ੇ 'ਤੇ ਸੀ, ਜਿਹੜੀ ਸਿਕੰਦਰ ਸੀ ਉਹ ਯੂਨੀਵਰਸਿਟੀ ਦੀ ਪੋਲੀਟਿਕਸ 'ਤੇ ਸੀਗੀ, ਮਿੱਟੀ ਜ਼ਮੀਨਾਂ 'ਤੇ ਸੀਗੀ। ਅਤੇ ਹੁਣ ਸਾਡੇ ਵਾਲੇ ਆ ਰਿਸ਼ਤਿਆਂ ਦੀ ਗੱਲ ਕਰਦੀ ਆ, ਪਿਆਰ ਮੁਹੱਬਤ ਦੀ ਗੱਲ ਕਰਦੀ ਆ, ਆਪਣੇਪਨ ਦੀ ਗੱਲ ਕਰਦੀ ਆ। ਕਿਤੇ ਨਾ ਕਿਤੇ ਕਮੀ ਤਾਂ ਖਲਦੀ ਹੋਏਗੀ ਜਿਹੜੀ ਦੀਪ ਸਿੰਘ? ਓਬਵੀਅਸਲੀ ਖਲਦੀ ਹੈ। ਅਸੀਂ ਇਕੱਠਿਆਂ ਨੇ ਕੰਮ ਕੀਤਾ, ਮੈਂ ਦੋ ਫਿਲਮਾਂ ਕੀਤੀਆਂ ਦੀਪ ਨਾਲ, ਇਸ ਤੋਂ ਪਹਿਲਾਂ ਜੁਰਾ ਦਾ ਸੈਕਿੰਡ ਚੈਪਟਰ ਕੀਤੀ ਅਤੇ ਹੁਣ ਇਹ ਸਾਡੇ ਵਾਲੇ। ਅਤੇ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੂਗਾ ਕਿ ਹੁਣ ਅਸੀਂ ਇਹ ਪ੍ਰਮੋਸ਼ਨ ਕਰਦੇ ਹਾਂ, ਜੇ ਦੀਪ ਹੁੰਦਾ ਉਹ ਸਾਡੇ ਨਾਲ ਹੁੰਦਾ। ਅਤੇ ਉਹ ਕਿਉਂਕਿ ਉਹਦੀ ਫਿਲਮ ਬੜੀ ਪਸੰਦੀਦਾ ਫਿਲਮ ਸੀ ਇਹ, ਕਿਤੇ ਨਾ ਕਿਤੇ ਇਹ ਫਿਲਮ ਜਿਹੜੀ ਆ ਵੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਵੀ ਮੰਨੀ ਜਾਏਗੀ। ਸ਼ਰਧਾਂਜਲੀ ਓਬਵੀਅਸਲੀ ਜਦੋਂ ਆਖਰੀ ਫਿਲਮ ਆ ਤਾਂ ਸ਼ਰਧਾਂਜਲੀ ਮੰਨੀ ਜਾਏਗੀ ਨਾ। ਅਤੇ ਅਸੀਂ ਜੋ ਨਿਭਾ ਰਹੇ ਸਾਡੇ ਨਾਲ ਹੁੰਦਾ, ਸਾਨੂੰ ਹੋਰ ਹੌਸਲਾ ਹੁੰਦਾ, ਲੋਕਾਂ ਦਾ ਪਿਆਰ ਬੜਾ ਹੈ। ਕਿਤੇ ਨਾ ਕਿਤੇ ਲੋਕਾਂ ਨੂੰ ਸੰਦੇਸ਼ ਕੇ ਅਪੀਲ ਵੀ ਕਰਨਾ ਚਾਹੁੰਦੇ ਹਾਂ, ਅਪੀਲ ਹੈ ਕਿ ਫਿਲਮ ਜ਼ਰੂਰ ਦੇਖਣ ਜਾਓ। ਜੋ ਦੀਪ ਗੱਲ ਕਰਦਾ ਸੀ, ਜੋ ਪੰਜਾਬ ਦੀ ਹੋਣ ਦੀ ਗੱਲ ਕਰਦਾ ਸੀ, ਜੋ ਪੰਜਾਬ 'ਚ ਭਾਈਚਾਰੇ ਦੀ ਗੱਲ ਕਰਦਾ ਸੀ, ਉਹ ਇਸ ਫਿਲਮ 'ਚ ਦਿਖਾਇਆ ਗਿਆ ਵਾ। ਅਤੇ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਹਾਂ, ਜਿਵੇਂ ਜੋ ਦੀਪ ਗੱਲਾਂ ਕਰਦਾ ਸੀ ਵਾਕਈ ਉਹ ਜਿਹੀਆਂ ਫਿਲਮਾਂ ਬਣਾਉਣੀਆਂ ਚਾਹੁੰਦਾ ਸੀ, ਭਾਵੇਂ ਉਹਨੇ ਜੁਰਾ ਕੀਤੀ ਉਹ ਸਾਰੀ ਰਾਜਨੀਤੀ ਉੱਤੇ ਬੇਸ ਸੀਗੀ। ਇਹ ਆ, ਇਹ ਪਿਆਰ ਦੀ ਗੱਲ ਕਰਦੀ ਆ, ਪਰਿਵਾਰਾਂ ਦੀ ਗੱਲ ਕਰਦੀ ਆ, ਰਿਸ਼ਤਿਆਂ ਦੀ ਗੱਲ ਕਰਦੀ ਆ। ਸੋ 29 ਤਰੀਕ ਨੂੰ ਦੇਖਣ ਜਾਓ, ਉਹਨੂੰ ਸ਼ਰਧਾਂਜਲੀ ਵੀ ਹੋਊਗੀ। ਇੱਕ ਇਹ ਮੇਰਾ ਦੀਪ ਸਿੱਧੂ ਦੇ ਵੱਡੇ ਭਰਾ ਦਾ ਕਿਰਦਾਰ ਆ। ਉਹ ਹੁੰਦੀ ਹੈ ਤਾਂ ਪਿੰਡ ਦੀ ਮੋਹ ਆਪਣਤ ਪਿਆਰ ਨਿੱਘ ਦੀ ਕਹਾਣੀ ਸਾਡੇ ਵਾਲੇ। ਕਬੱਡੀ ਦੀ ਫਿਲਮ ਸ਼ੁਰੂ ਹੋ ਕੇ ਜ਼ਿੰਦਗੀ ਦੇ ਪਾੜੇ ਤੋਂ ਆ ਕੇ ਖਤਮ ਹੁੰਦੀ ਹੈ, ਉਸ ਸਭ ਕਸ਼ਮੀਰ ਦੇ ਪਾੜੇ ਤੋਂ ਫਿਲਮ ਸਾਡੇ ਵਾਲੇ ਬਣੀ। ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਦੀਪ ਸਿੰਧੂ ਦੀ ਜਗ੍ਹਾ ਤੁਸੀਂ ਕੰਮ ਕਰਦੇ ਹੋ? ਦੀਪ ਸਿੱਧੂ ਤੁਸੀਂ ਸਮਝੋ ਕਹਿ ਰਹੇ, ਬਾਈ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਾ, ਬਟ ਅੱਜ ਅਸੀਂ ਬਹੁਤ ਖਾਲੀ ਮਹਿਸੂਸ ਕਰਦੇ, ਉਦਾਸ ਆ ਮਨ। ਜਿਵੇਂ ਜਿਵੇਂ ਦਿਨ ਨੇੜੇ ਆ ਰਿਹਾ, ਮਨ ਬਹੁਤ ਉਦਾਸ ਹੈ। ਸਾਡੇ ਲਈ ਬਹੁਤ ਇਮੋਸ਼ਨਲ ਪਲ ਨੇ, ਜੋ ਕਿ ਸਾਨੂੰ ਪਰਿਵਾਰਕ ਤੌਰ 'ਤੇ ਬਹੁਤ ਵੱਡਾ ਘਟਾ। ਇਸ ਫਿਲਮ ਦੇ ਵਿੱਚ ਕਬੱਡੀ ਨੂੰ ਬੇਸ ਬਣਾਇਆ ਗਿਆ, ਕਬੱਡੀ ਨੂੰ ਪ੍ਰਮੋਟ ਕੀਤਾ ਗਿਆ? ਕਬੱਡੀ ਨੂੰ ਪ੍ਰਮੋਟ ਨਹੀਂ ਕੀਤਾ ਗਿਆ, ਕਿਉਂਕਿ ਬਾਈ ਜੀ ਇਹ ਜਿਹੜੇ ਤੁਸੀਂ ਘਟਨਾਕ੍ਰਮ ਕਹਿ ਰਹੇ ਹੋ ਜਾਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਉਹ ਘਟਨਾਕ੍ਰਮ ਹੁਣ ਹੋਏ ਨੇ 2 ਮਹੀਨੇ ਪਹਿਲਾਂ, ਪਰ ਅਸੀਂ ਫਿਲਮ 2018 ਸ਼ੂਟ ਕਰ ਲਈ ਸੀ। ਇਹ ਬੜੇ ਭੋਲੇ ਲੋਕਾਂ ਦੀ ਕਹਾਣੀ ਕਬੱਡੀ, ਸਾਡੇ ਦੋ ਮੁੰਡੇ ਜਿਹੜੇ ਖੇਡ ਰਹੇ ਆ, ਬਾਈ ਦੀਪ ਰੇਡਰਾਂ ਮਜਾਫੀਆਂ ਅਸੀਂ ਖੇਡਦੇ, ਪਿੰਡਾਂ ਵੱਲੋਂ ਖੇਡੀ ਗਈ ਜੋ ਪਿੰਡਾਂ 'ਚ ਚੱਲਦਾ ਹੈ ਨਾ, ਉਸ ਦਿਨ ਨੂੰ ਬਿਆਨ ਕਰਦੀ ਹੈ। ਸੋ ਮੈਸੇਜ ਇਹੀ ਹੈ ਕਿ ਸਾਡੀ ਫਿਲਮ ਪਿਆਰ ਦੀ ਗੱਲ ਕਰਦੀ ਹੈ, ਪਿੰਡ ਦੀ ਗੱਲ ਕਰਦੀ, ਮਿੱਟੀ ਦੀ ਗੱਲ ਕਰਦੀ, ਸਾਡੇ ਮਿੱਟੀਆਂ ਦੀ ਹੋਂਦ ਦੀ ਗੱਲ ਕਰਦੀ, ਸਾਡੀ ਆਪਣੀ ਬੋਲੀ ਦੀ ਗੱਲ ਕਰਦੀ ਹੈ। ਇਹ ਕਿਹੜਾ ਕੰਪੈਕਟ ਹੈ, ਕਿਉਂਕਿ ਕਿਤੇ ਨਾ ਕਿਤੇ ਪੰਜਾਬ ਨੇ ਪੰਜਾਬ ਦੀ ਪੇਂਡੂ ਕਲਚਰ ਦੀ ਗੱਲ ਨਹੀਂ ਕੀਤੀ, ਪੁਰਾਣੇ ਦਹਾਕੇ ਦੇ ਉੱਪਰ ਜਿਹੜੇ ਆ, ਸੋ ਉਹ ਕਿਤੇ ਨਾ ਕਿਤੇ ਤੁਸੀਂ ਇੱਕ ਰੈਲੀਵੈਂਸ ਦੇਖੋਗੇ ਇੱਕ ਜਿਹੜਾ ਸਾਡਾ ਪੰਜਾਬ ਹੈ ਉਹਦੇ ਬਾਰੇ। ਇਹ ਅੱਜ ਦੀ ਦੌਰ ਦੀ ਫਿਲਮ ਹੈ, ਕਿਉਂਕਿ ਪੁਰਾਣੇ ਦੌਰ ਆਖਰੀ ਫਿਲਮ ਹੈ। 31 ਤਰੀਕ ਨੂੰ ਜਿਵੇਂ ਤੁਸੀਂ ਪਿਆਰ ਬਾਈ ਨੂੰ ਕੀਤਾ, ਬਾਈ ਦੀ ਸੋਚ ਨੂੰ ਪਹਿਰਾ ਦਿੱਤਾ, ਨਹੀਂ ਬਾਈ ਦੇ ਤੁਸੀਂ ਗੱਲਾਂ ਨੂੰ ਸਰਾਹਿਆ ਜਾਂ ਉਹਨਾਂ ਦੀ ਸੋਚ ਦੇ ਅੱਗੇ ਤੁਸੀਂ ਕਿਹਾ ਵੀ ਹਾਂ, ਅਤੇ ਉਹ ਬਾਈ ਦਾ ਪੰਜਾਬ ਦਾ ਬਹੁਤ ਵੱਡਾ ਅਤੇ ਬਹੁਤ ਸਾਊ ਪੁੱਤ ਸੀ। ਸੋ 29 ਨੂੰ ਤੁਸੀਂ ਮੇਰਾ ਫਿਲਮ ਵੇਖਾਂਗੇ। ਥੈਂਕ ਯੂ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੀ ਆਖਰੀ ਫਿਲਮ ਹੈ। ਹਾਲਾਂਕਿ ਇਹ ਫਿਲਮ 2019 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਸੀ, ਪਰ ਕੋਵਿਡ ਦੇ ਚੱਲਦੇ ਇਹ ਫਿਲਮ ਲੇਟ ਰਿਲੀਜ਼ ਹੋ ਰਹੀ ਹੈ। ਪਰ ਅਫਸੋਸ ਇਹ ਹੈ ਕਿ ਇਸ ਖਾਸ ਮੌਕੇ ਦੇ ਉੱਤੇ ਦੀਪ ਸਿੱਧੂ, ਜਿਨ੍ਹਾਂ ਦਾ ਖਾਸ ਰੋਲ ਰਿਹਾ ਇਸ ਫਿਲਮ ਦੇ ਵਿੱਚ, ਉਹ ਇਸ ਦੁਨੀਆਂ ਦੇ ਵਿੱਚ ਨਹੀਂ ਹਨ। ਪਰ ਪੂਰੀ ਟੀਮ ਦਾ ਕਹਿਣਾ ਹੈ ਕਿ ਇਹ ਫਿਲਮ ਜੋ ਹੈ ਦੀਪ ਸਿੱਧੂ ਨੂੰ ਸ਼ਰਧਾਂਜਲੀ ਹੈ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਸਮੱਸਿਆ ਦਾ ਸਮਾਧਾਨ ਚੰਦ ਮਿੰਟਾਂ 'ਚ, ਘਰ ਬੈਠੇ ਹੋਵੇਗਾ ਹੱਲ। ਓਮ ਸਾਈਂ ਬਾਬਾ ਪੰਡਿਤ ਦੇਵ ਸ਼ਰਮਾ। ਕੀ ਤੁਸੀਂ ਪਰੇਸ਼ਾਨ ਹੋ? ਨੌਕਰੀ ਕਾਰੋਬਾਰ 'ਚ ਰੁਕਾਵਟ, ਕੀਤਾ ਕਿਰਾਇਆ, ਘਰੇਲੂ ਕਲੇਸ਼, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ,
जा पिया वशीकर मन चाहा प्यार कर्जा मुक्ति पढ़ाई च मनदार ना लगना औलाद ना होना बीमारी च दवादा ना लगना तलाक केस कोर्ट केस मेरा वादा है तो हड्डा भरोसा टूटन नहीं देवांगा हर जगह तो निराश लोग एक बार जरूर संपर्क करो ओम साईं बाबा पंडित देव शर्मा दे नाल 9988473 9988667430 हर खबर दी ताजा अपडेट दे लई साडे YouTube चैनल नु सब्सक्राइब करो Facebook चैनल नु लाइक अते शेयर करो।